ਮੈਡਮ ਪਲੀਜ਼। ਹਾਂਜੀ ਘੇਰਾ ਖੋਲ ਕਰ ਲਓ ਜੀ। ਆ ਪਰਲੇ ਪਾਸੇ ਹੈ ਜੀ, ਰੋਏ ਦਾ ਪਰਲੇ ਪਾਸੇ ਤੁਹਾਡੇ ਕੋਲ ਰਸੀਦ। ਹਾਂਜੀ ਪੈਸਾ ਤੇਰਾ ਘੇਰਾ ਖੋਲ ਕੇ ਜਿਹੜਾ ਫੋਟੋ ਕਰਾ ਲਓ, ਫੋਟੋ ਕਰਾ ਲਓ ਇੱਕ ਵਾਰ। ਯੈਸ ਕਰਾਂਗੇ ਕਿ ਆਪਣੇ ਸਿਰ ਕਵਰ ਕਰ ਲੈਣ ਤਾਂ ਕਿ ਅਸੀਂ ਸ਼ਬਦ ਜਿਹੜਾ ਉਹ ਪੇਸ਼ ਹੋਣ ਲੱਗ ਸਕੇ। ਮੈਂ ਅੱਗੇ ਕਰਾਂ, ਜਦੋਂ ਬਾਅਦ ਵਿੱਚ ਐਸ ਡੀ ਓ ਬੈਠੇ ਆ ਡਿਪਾਰਟਮੈਂਟ ਦੇ, ਪਹਿਲਾਂ ਹੋਰ ਸੀ, ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਕਹਿੰਦੇ 25 ਲੱਖ ਤੁਹਾਡਾ ਨਹੀਂ ਗਾ ਠੇਕੇਦਾਰ ਦੀ। ਪਿਆਰੇ ਗੁਲਦਸਤੇ ਵਰਗੇ ਵਿਦਿਆਰਥੀ, ਕੈਂਪਸ ਦਾ ਸਮੁੱਚਾ ਪਰਮਾਤਮਾ ਦੀ ਕਿਰਪਾ ਸਟੈਂਥ ਵੱਧ ਰਹੀ ਹੈ ਸਾਲ ਦਰ ਸਾਲ, ਅਤੇ ਇਹਨੂੰ ਕਿਸੇ ਤਰ੍ਹਾਂ। ਹਾਂਜੀ ਮੈਮ, ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਹੈਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਕੀ ਕਾਰਨ ਆ ਅਤੇ ਕਿੰਨੇ ਦਾ ਹੋ ਰਿਹਾ ਇਹ? ਅੱਜ ਬਹੁਤ ਖੁਸ਼ੀ ਹੋ ਰਹੀ ਮੈਨੂੰ ਇਹ ਦੱਸਦੇ ਹੋਏ ਕਿ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲਜ ਨਕੋਦਰ ਦੇ ਵਿੱਚ 3rd ਫਲੋਰ ਦੇ ਉੱਤੇ ਕੰਮ ਜਿਹੜਾ ਕੁਛ ਪਹਿਲਾਂ ਹੋਇਆ, ਕੁਛ ਕਾਫੀ ਸਾਲਾਂ ਦੇ ਉੱਤੋਂ, ਲਗਾਤਾਰ ਕਾਫੀ ਸਾਲਾਂ ਤੋਂ ਕਹਿ ਸਕਦੇ ਹਾਂ ਕਿ ਤਕਰੀਬਨ 7 ਸਾਲ ਦਾ ਇਹ ਕੰਮ ਵਿੱਚ ਲਟਕਿਆ ਹੋਇਆ ਸੀ। ਉਹਦੇ ਵਾਸਤੇ ਮਾਨਯੋਗ ਸੀਐਮ ਸਾਹਿਬ ਨੇ ਔਰ ਸਾਡੇ ਉਸ ਵੇਲੇ ਜਦੋਂ ਇਹ ਗ੍ਰਾਂਟ ਸੈਂਕਸ਼ਨ ਕਰਵਾਈ ਸੀ ਉਦੋਂ ਐਜੂਕੇਸ਼ਨ ਮਿਨਿਸਟਰ ਮਾਨਯੋਗ ਗੁਰਮੀਤ ਮੀਤ ਹੇਅਰ ਜੀ ਨੇ ਇਹ ਜਿਹੜੀ ਰਕਮ ਸੈਂਕਸ਼ਨ ਕੀਤੀ ਸੀ, ਔਰ ਜਿੰਨਾ ਐਸਟੀਮੇਟ ਬਣਿਆ ਇੱਥੇ ਦਾ ਤਕਰੀਬਨ 2 ਕਰੋੜ 22 ਲੱਖ ਰੁਪਏ ਦਾ ਐਸਟੀਮੇਟ ਬਣਾਇਆ ਗਿਆ ਸੀ, ਔਰ ਜਿਉਂਦਾ ਤਿਉਂ ਉਹ ਮੈਂ ਐਸਟੀਮੇਟ ਜਿਹੜਾ ਉਹ ਸਰਕਾਰ ਨੂੰ ਦਿੱਤਾ। ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸਾਰੇ ਦਾ ਸਾਰਾ ਐਸਟੀਮੇਟ ਬਿਨਾਂ 1 ਰੁਪਏ ਕੱਟੇ ਹੋਏ 2 ਕਰੋੜ ਤੇ 1 ਲੱਖ ਰੁਪਇਆ ਨਕੋਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲਜ ਨੂੰ ਜਿਹੜਾ ਉਹ ਸੈਂਕਸ਼ਨ ਹੋ ਗਿਆ ਸੀ, ਔਰ ਉਹਦੇ ਦੌਰਾਨ ਬਹੁਤ ਸਾਰੀਆਂ ਪ੍ਰਬੰਧਕੀ ਪ੍ਰਸ਼ਾਸਨਿਕ ਕਾਰਵਾਈਆਂ, ਕੁਛ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਤੋਂ ਬਣਾਉਣ ਦਾ ਕਰਕੇ ਇਹ ਤਕਰੀਬਨ, ਮੈਂ ਸਮਝਦੀ ਹਾਂ ਕਿ ਮੈਂ ਥੋੜ੍ਹਾ ਲੇਟ ਹੋ ਗਿਆ ਪੈਸੇ ਸੈਂਕਸ਼ਨ ਹੋਣ ਵਾਸਤੇ। ਜਿਹੜੇ ਸੈਂਕਸ਼ਨ ਹੋਏ ਸੀ ਪੂਰੇ ਪੰਜਾਬ ਵਾਸਤੇ, ਇਹ ਜਿਹੜੀ ਰਕਮ ਸੈਂਕਸ਼ਨ ਹੋਈ ਸੀ ਉਹ ਕੋਈ 2 ਕਰੋੜ ਤੇ 3 ਕਰੋੜ 98 ਲੱਖ ਜਿਹੜਾ ਉਹ ਪੂਰੇ ਪੰਜਾਬ ਵਾਸਤੇ ਸੀ, ਜਿਹਦੇ ਵਿੱਚੋਂ 2 ਕਰੋੜ ਤੇ 1 ਲੱਖ ਰੁਪਈਆ ਜਿਹੜਾ ਨਕੋਦਰ ਯੂਨੀਵਰਸਿਟੀ ਕੋਲਜ ਦਿੱਤਾ ਗਿਆ। ਮੈਂ ਮਾਣ ਆਪਣੇ ਆਪ 'ਤੇ ਮਹਿਸੂਸ ਕਰਦੀ ਹਾਂ, ਅਤੇ ਬਹੁਤ ਸਾਰਾ ਧੰਨਵਾਦ ਜਿਹੜਾ ਮਾਨਯੋਗ ਸੀਐਮ ਸਾਹਿਬ ਦਾ, ਮਾਨਯੋਗ ਮੀਤ ਹੇਅਰ ਜੀ ਦਾ, ਜਿਨ੍ਹਾਂ ਨੇ ਇਹ ਪ੍ਰੋਜੈਕਟ ਸਾਡਾ ਸਿਰੇ ਲਗਾਉਣਾ।
ਔਰ ਇਹਦੇ ਵਿੱਚ ਸਾਇੰਸ, ਇਹਦੇ ਵਿੱਚ ਕੰਪਿਊਟਰ ਲੈਬ ਜਿਹੜੀ ਸਾਡੀ ਬਣਨੀ, ਕੰਪਿਊਟਰ ਇੱਕ ਬਲੋਕ ਬਣੇਗਾ, ਫਿਰ ਉਸ ਤੋਂ ਇਲਾਵਾ ਸਾਡੀ ਲਾਇਬ੍ਰੇਰੀ ਬਲੋਕ ਬਣੇਗਾ, ਇੱਥੇ ਇੱਕ ਖੁੱਲ੍ਹਾ ਹੋਲ ਵੀ ਜਿਹੜਾ ਉਹ ਦਿੱਤਾ ਜਾਏਗਾ, ਔਰ ਬਾਹਰ ਜਿਹੜੀਆਂ ਨੇ ਗਰਾਊਂਡਾਂ ਜਿਹਦੀ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਹੈ ਸਾਡੇ ਸ਼ਹਿਰ ਨੂੰ, ਬਾਸਕਟਬਾਲ ਦੀਆਂ ਗਰਾਊਂਡਾਂ, ਬਾਸਕਟ ਆਪਣੀ ਵਾਲੀਬਾਲ ਦੀਆਂ ਗਰਾਊਂਡਸ ਵਗੈਰਾ, ਮਤਲਬ ਕਿ ਸ਼ਾਨਦਾਰ ਕੈਂਪਸ ਜਿਹਦਾ ਸਪਨਾ ਦੇਖਿਆ ਗਿਆ, ਔਰ ਸਾਰੀਆਂ ਇੰਟਰਲੋਕ ਟਾਇਲਸ ਵਗੈਰਾ ਜਿੱਥੇ ਤੱਕ ਵੀ ਜਿੰਨਾ ਵੀ ਕੰਮ ਹੋਣ ਵਾਲਾ ਸਾਡਾ ਇਸ ਦੇ ਵਿੱਚ ਕੰਪਲੀਟ ਹੋ ਜਾਊਗਾ। ਪੀ ਡਬਲਿਊ ਡੀ ਨੇ ਬੜੀ ਮਿਹਨਤ ਦੇ ਨਾਲ ਇਹ ਸਾਰਾ ਡਿਜ਼ਾਈਨ ਤਿਆਰ ਕਰਵਾਏ ਆ, ਔਰ ਐਸ ਡੀ ਸਾਹਿਬ ਮੇਰੇ ਨਾਲ ਇਸ ਵੇਲੇ ਨੇ, ਔਰ ਮਾਨਯੋਗ ਪ੍ਰਿੰਸੀਪਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਇਹਦੇ 'ਤੇ, ਬੜਾ ਇਹ ਐਪਰੀਸ਼ੀਏਟ ਕਰਨ ਵਾਲਾ ਕਿ ਇਹਨਾਂ ਨੇ ਲਗਾਤਾਰ ਇਸ ਪ੍ਰੋਜੈਕਟ ਦੇ ਪਿੱਛੇ ਲੱਗੇ ਰਹੇ ਆ ਕਿ ਕਿਸ ਤਰ੍ਹਾਂ ਇਹਨੂੰ ਸਿਰੇ ਲਗਾਉਣਾ, ਔਰ ਸਰਕਾਰ ਨੇ ਬੜੀ ਵੱਡੀ ਰਕਮ ਜਿਹੜੀ ਉਹਨੂੰ ਕੁਦਰਤ ਨੂੰ ਦੇ ਕੇ ਅਤੇ ਹਲਕੇ ਦਾ ਮਾਣ ਵਧਾਇਆ। ਠੀਕ, ਹਾਂਜੀ ਸਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਲਈ ਹੀ ਨਹੀਂ, ਮੈਂ ਸਮਝਦਾ ਕਿ ਸਾਰੇ ਇਲਾਕੇ ਦੇ ਲਈ ਇੱਕ ਬਹੁਤ ਮੁਬਾਰਕ ਦਿਨ ਆ ਕਿ ਇਸ ਕਾਲਜ ਦੀ ਜਿਹੜੀ ਖੂਬਸੂਰਤ ਬਿਲਡਿੰਗ ਆ ਉਹਦਾ ਤੀਸਰੀ ਮੰਜ਼ਿਲ ਦਾ ਕੰਮ ਜਿਹੜਾ ਉਹ ਬਹੁਤ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ, ਸ਼ੁਰੂ ਤੋਂ ਰੁਕਿਆ ਹੋਇਆ ਸੀ, ਲੈਂਟਰ ਪੈ ਗਿਆ ਸੀ, ਲੇਕਿਨ ਉਹ ਕੰਮ ਜਿਹੜਾ ਰੁਕਿਆ ਹੋਇਆ ਸੀ, ਸਮੇਂ ਸਮੇਂ 'ਤੇ ਯਤਨ ਹੁੰਦੇ ਰਹੇ ਪਰ ਉਹ ਜਿਹੜਾ ਪੂਰਾ ਨਹੀਂ ਹੋ ਸਕਿਆ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਹਲਕੇ ਦੇ ਬਹੁਤ ਹਰਮਨ ਪਿਆਰੇ, ਸਤਿਕਾਰਯੋਗ ਅਤੇ ਅਗਾਂਹ ਵਧੂ MLA ਮੈਡਮ ਇੰਦਰਜੀਤ ਕੌਰ ਮਾਨ ਜੀ ਹੋਣਾਂ ਨੇ ਨਿੱਜੀ ਤੌਰ 'ਤੇ ਜਿਹੜਾ ਇਹਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ, ਔਰ ਵਾਰ ਵਾਰ ਜਿਹੜਾ ਇਸ ਕੇਸ ਨੂੰ ਜਿਹੜਾ ਐਸਟੀਮੇਟ ਬਣਵਾ ਕੇ ਇਹਨਾਂ ਨੇ ਨਿੱਜੀ ਤੌਰ 'ਤੇ ਜਿਹੜਾ CM ਸਾਹਿਬ ਕੋਲੋਂ, ਉਸ ਵੇਲੇ ਦੇ ਜਿਹੜੇ ਸਿੱਖਿਆ ਮੰਤਰੀ ਸੀ ਹਾਇਰ ਐਜੂਕੇਸ਼ਨ ਦੇ ਮੀਤ ਹੇਅਰ ਜੀ ਕੋਲੋਂ, ਉਹ ਨਿੱਜੀ ਤੌਰ 'ਤੇ ਸਾਰਾ ਕੁਛ ਮਨਜ਼ੂਰ ਕਰਵਾਇਆ, ਔਰ ਇਹਦੇ ਨਾਲ ਨਾ ਕੇਵਲ ਜਿਹੜੀਆਂ ਕਾਲਜ ਦੀਆਂ ਜਿਹੜੀਆਂ ਬਹੁਤ ਸਾਰੀਆਂ ਵਿਦਿਆਰਥੀਆਂ ਦੀਆਂ ਲੋੜਾਂ ਸੀ, ਕਲਾਸਰੂਮਾਂ ਦੀਆਂ, ਲਾਇਬ੍ਰੇਰੀ ਦੀਆਂ, ਕੰਪਿਊਟਰ ਲੈਬ ਦੀਆਂ ਜਾਂ ਮਲਟੀਪਲ ਹਾਲ ਦੀਆਂ, ਉਹ ਪੂਰੀਆਂ ਹੋਣਗੀਆਂ, ਸਗੋਂ ਗਰਾਊਂਡਾਂ ਵੀ ਦੋ ਬਣਨੀਆਂ, ਬਾਸਕਟਬਾਲ ਦੀ, ਵਾਲੀਬਾਲ ਦੀ, ਔਰ ਸਮੁੱਚੇ ਤੌਰ 'ਤੇ ਕਾਲਜ ਦੀ ਖੂਬਸੂਰਤੀ ਜਿਹੜੀ ਕੈਂਪਸ ਦੀ ਉਹਦੇ ਵਿੱਚ ਬੇਤਹਾ ਜਿਹੜਾ ਵਾਧਾ ਹੋਵੇਗਾ, ਔਰ ਮੈਂ ਸਮਝਦਾ ਕਿ ਜਿਹੜਾ ਵੀ ਇੱਥੋਂ ਲੰਘੂਗਾ ਬਾਹਰੋਂ ਰੋਡ ਤੋਂ ਉਹ ਇਸ ਕੈਂਪਸ ਨੂੰ ਦੇਖ ਕੇ ਉਹ ਜ਼ਰੂਰ ਰੁਕੂਗਾ ਕਿ ਇੰਨਾ ਖੂਬਸੂਰਤ ਕੈਂਪਸ ਹੈ। ਮੈਂ ਇਹਦੇ ਲਈ ਜਿਹੜਾ ਉਹ ਮੈਡਮ ਮਾਨ ਜੀ ਹੋਣਾਂ ਦਾ ਸਾਰੇ ਕਾਲਜ ਵੱਲੋਂ, ਵਿਦਿਆਰਥੀਆਂ ਵੱਲੋਂ, ਸਟਾਫ ਵੱਲੋਂ, ਸਾਰੇ ਸ਼ਹਿਰ ਵੱਲੋਂ, ਇਲਾਕਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ, ਔਰ ਕਾਲਜ ਦੀ ਪ੍ਰਬੰਧਕੀ ਟੀਮ ਜਿਹੜੀ ਆ ਉਹਨਾਂ ਵੱਲੋਂ ਵਿਸ਼ਵਾਸ ਪਾਉਂਦਾ ਕਿ ਅਸੀਂ ਜਿਹੜਾ ਇਸ ਕਾਲਜ ਨੂੰ ਹੋਰ ਅੱਗੇ ਲਿਜਾਣ ਦੇ ਲਈ, ਪਹਿਲਾਂ ਵੀ ਇਹਦੀ ਸਟਰੈਂਥ ਜਿਹੜੀ ਆ ਉਹ ਕਾਫੀ ਅੱਛੀ ਹੈਗੀ ਆ, ਔਰ ਜਿਹੜੇ ਜਿੰਨੇ ਯੂਨੀਵਰਸਿਟੀ ਦੇ ਕੰਸਟੀਟਿਊਟ ਕਾਲਜ ਆ ਉਹਨਾਂ ਦੇ ਵਿੱਚੋਂ 94 ਕਾਲਜਾਂ ਦੇ ਵਿੱਚੋਂ 16 ਟੋਟਲ ਕਾਲਜ ਆ, ਉਹਨਾਂ ਵਿੱਚੋਂ ਨਕੋਦਰ ਦਾ ਕਾਲਜ 94 ਕਾਲਜਾਂ ਦੇ ਵਿੱਚੋਂ ਆਉਂਦਾ ਸਟਰੈਂਥ ਵਾਈਜ਼, ਔਰ ਇਨਫਰਾਸਟਰਕਚਰ ਵਾਈਜ਼ ਵੀ ਜਿਹੜਾ ਅਸੀਂ ਇਹਨੂੰ ਹੋਰ ਅੱਗੇ ਲਿਜਾਣ ਦੇ ਲਈ ਆ ਭਰਪੂਰ ਯਤਨ ਕਰੂੰਗਾ। ਇੱਕ ਵਾਰ ਫਿਰ ਮੈਂ ਮੈਡਮ ਮਾਨ MLA ਜੀ ਦਾ ਧੰਨਵਾਦ ਕਰਦਾ, ਹਾਰਦਿਕ ਸ਼ੁਕਰੀਆ।